ਅੱਜ ਦੀ ਜਿਹੜੀ ਜਿੱਤ ਪ੍ਰਾਪਤ ਹੋਈ ਹੈ ਉਹਦੇ ਬਾਰੇ ਦੱਸ ਦਿਓ। ਅੱਜ ਬਹੁਤ ਹੀ ਮੈਂ ਇਹ ਕਹਿ ਸਕਦਾ ਪਹਿਲਾਂ ਤਾਂ ਵਧਾਈ ਆ ਉਹਨਾਂ ਪੰਜੇ ਸੂਬਿਆਂ ਦੀ ਜਨਤਾ ਦੇ ਜਿੰਨੇ ਵੀ ਉੱਥੇ ਦੀ ਜਨਤਾ ਨੂੰ ਜਿਨ੍ਹਾਂ ਨੇ ਪਿਛਲੇ ਜੋ 4.5 ਸਾਲ BJP ਨੇ ਨਰਿੰਦਰ ਮੋਦੀ ਨੇ RSS ਨੇ ਇਸ ਦੇਸ਼ ਦੀ ਜਨਤਾ ਨੂੰ ਜਿਹੜੀ ਲੁੱਟ ਕੀਤੀ ਆ ਉਸ ਲੁੱਟ ਦਾ ਮੈਂ ਇਹ ਕਹਿ ਸਕਦਾ ਕਿ ਬਦਲਾ ਇਹਨਾਂ ਪੰਜੇ ਸੂਬਿਆਂ ਦੀ ਜਨਤਾ ਨੇ ਜਿਹੜਾ ਲਿਆ ਅਤੇ ਇੱਕ ਰਸਤਾ ਦਿਖਾਤਾ ਪੂਰੇ ਭਾਰਤ ਦੇ ਲੋਕਾਂ ਨੂੰ ਕਿ ਜਿਹੜਾ 2019 ਦਾ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ BJP ਦਾ ਜਿਹੜਾ ਸੁਪੜਾ ਉਹ ਸਾਫ਼ ਹੋਏਗਾ। ਇਹਦੀ ਜਿਹੜੀ ਵਧਾਈ ਹੈ ਸਮੁੱਚੇ ਕਾਂਗਰਸ ਦੇ ਵਰਕਰਸ ਨੂੰ ਅਤੇ ਪੂਰੇ ਦੇਸ਼ ਵਾਸੀਆਂ ਨੂੰ ਅਤੇ ਖਾਸ ਕਰਕੇ ਸਾਡੇ ਜਿਹੜਾ ਕਾਂਗਰਸ ਵਰਕਰਸ ਹੈ ਉਹਨਾਂ ਨੂੰ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਇਹ ਇੰਨੇ ਵਧੀਆ ਜਿਹੜੇ ਨਤੀਜੇ ਉਹ ਆਏ ਆ, ਕਿਉਂਕਿ ਪਿਛਲੇ 4.5 ਸਾਲ ਜਿਹੜੀ ਹਰ ਵਰਗ ਦੀ, ਭਾਵੇਂ ਉਹ ਕਿਸਾਨ ਹੈ, ਭਾਵੇਂ ਮਜ਼ਦੂਰ ਹੈ, ਮੱਧ ਵਰਗ ਦੇ ਲੋਕ ਹਨ, ਵਪਾਰੀ ਹਨ, ਉਦਯੋਗਪਤੀ ਹਨ, ਕੋਈ ਐਸਾ ਮਤਲਬ ਕਿ ਵਰਗ ਨਹੀਂ ਛੱਡਿਆ ਜਿਨ੍ਹਾਂ ਨੂੰ ਇਹਨਾਂ ਨੇ ਨਾਂ ਸੇਕ ਲਾਇਆ ਹੋਵੇ, ਚਾਹੇ ਉਹ ਨੋਟਬੰਦੀ ਦੇ ਨਾਂ ਦੇ ਉੱਤੇ, ਚਾਹੇ GST ਦੇ ਨਾਂ ਦੇ ਉੱਤੇ, ਔਰ ਪੂਰਾ ਜਿਹੜਾ ਆਤੰਕ ਮਚਾ ਕੇ ਰੱਖਿਆ ਅਤੇ ਭਾਈਚਾਰਾ ਜਿਹੜਾ ਦੇਸ਼ ਦਾ ਤੋੜਨ ਦੀ ਕੋਈ ਕਸਰ ਨਹੀਂ ਛੱਡੀ ਨਰਿੰਦਰ ਮੋਦੀ ਨੇ, BJP ਨੇ, RSS ਨੇ। ਪਰ ਮੈਂ ਵਧਾਈ ਦਿੰਦਾ ਸਮੁੱਚੇ ਭਾਰਤ ਨਿਵਾਸੀਆਂ ਨੂੰ ਕਿ ਉਹਨਾਂ ਨੇ ਬਿਲਕੁਲ ਜਿਹੜਾ ਹੈਗਾ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਏ ਅਤੇ ਦੇਸ਼ ਨੂੰ ਜਿਹੜਾ ਦਾ ਏਕਤਾ ਸੀ ਉਹ ਬਰਕਰਾਰ ਰੱਖਿਆ ਅਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਪੂਰੇ ਯੂਨਾਈਟ ਹੋ ਕੇ ਅਸੀਂ ਤਕੜੀ ਜਿਹੜੀ ਲੜਾਈ ਆ ਲੋਕ ਸਭਾ ਦੀ ਉਹ ਲੜਾਂਗੇ। ਤਾਂ ਮੈਂ ਆਪਣੇ ਵੱਲੋਂ ਹੁਣੇ ਬਤੌਰ ਕਾਂਗਰਸ ਪ੍ਰੈਜੀਡੈਂਟ, ਡਿਸਟ੍ਰਿਕਟ ਕਾਂਗਰਸ ਕਮੇਟੀ ਪਟਿਆਲਾ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਰੇ ਵਰਕਰਸ ਨੂੰ ਇਹ ਮੈਂ ਜ਼ਰੂਰ ਕਹਾਂਗਾ ਕਿ ਅੱਜ ਤੋਂ ਹੀ ਆਪਣੇ ਜਿਹੜੇ ਹੈਗੇ ਆ ਉਹ ਕਮਰ ਕਸੇ ਕਰ ਲਓ, ਕਿਉਂਕਿ ਲੋਕ ਸਭਾ ਦੀਆਂ ਚੋਣਾਂ 'ਚ ਅਸੀਂ ਬਹੁਤ ਵੱਡੀ ਜਿਹੜੀ ਜਿੱਤ ਆ ਉਹ ਪ੍ਰਾਪਤ ਕਰਨੀ ਆ ਅਤੇ ਜਿੱਥੇ ਸਾਰੇ ਦੇਸ਼ ਦੇ ਅੰਦਰ BJP ਦਾ ਸਫਾਇਆ ਕਰਨਾ। ਪੰਜਾਬ 'ਚ ਅਸੀਂ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਸਾਡੇ ਬਹੁਤ ਹੀ ਹਰਮਨ ਪਿਆਰੇ ਲੀਡਰ ਹਨ ਉਹਨਾਂ ਦੀ ਰਹਿਨਮਾਈ ਦੇ ਥੱਲੇ ਅਸੀਂ 13 ਦੀਆਂ 13 ਲੋਕ ਸਭਾ ਦੀਆਂ ਸੀਟਾਂ ਜਿੱਤ ਕੇ ਅਸੀਂ ਕੈਪਟਨ ਸਾਹਿਬ ਦੀ ਅਤੇ ਰਾਹੁਲ ਗਾਂਧੀ ਜੀ ਦੀ ਝੋਲੀ ਦੇ ਵਿੱਚ ਅਸੀਂ ਪਾਵਾਂਗੇ। ਇਹ ਮੇਰੀ ਇੱਕ ਖੈਰ ਜੀ ਇਨਸਾਫ ਮਾਰਚ ਕਰ ਰਹੇ ਤਾਂ ਕੀ ਕਹਿੰਦੇ ਤੁਸੀਂ? ਅੱਜ ਕੋਈ ਗੱਲ ਨਾ ਕਰੋ, ਅੱਜ ਸਿਰਫ ਵਧਾਈ ਆ।